ਸਤਿ ਸ਼੍ਰੀ ਅਕਾਲ ਜੀ, ਮੈਂ ਮੋਹਿਤ ਤੇ ਤੁਸੀਂ ਸਾਰੇ ਵੇਖ ਰਹੇ ਹੋ ਬੁਗਲ ਬਾਲੀਵੁੱਡ। ਤੁਹਾਨੂੰ ਸਭ ਨੂੰ ਐਂਟਰਟੇਨ ਕਰਨ ਲਈ ਇੱਕ ਹੋਰ ਫਿਲਮ ਦੀ ਅਨਾਊਂਸਮੈਂਟ ਹੋ ਚੁੱਕੀ ਹੈ, ਜਿਸ ਫਿਲਮ ਦਾ ਨਾਮ ਹੈ ਕ੍ਰਿਮੀਨਲ। ਇਸ ਫਿਲਮ ਦੀ ਇਨਫੋਰਮੇਸ਼ਨ ਰਘਵੀਰ ਬੋਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕਰਕੇ ਦਿੱਤੀ ਹੈ। ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਨੀਰੂ ਬਾਜਵਾ, ਗਿੱਪੀ ਗਰੇਵਾਲ, ਪ੍ਰਿੰਸ ਕਵਲਜੀਤ, ਧੀਰਜ ਕੁਮਾਰ, ਰਘਵੀਰ ਬੋਲੀ ਤੇ ਹੋਰ ਵੀ ਕਾਫੀ ਵਧੀਆ ਵਧੀਆ ਦਿੱਗਜ ਕਲਾਕਾਰ ਦੇਖਣ ਨੂੰ ਮਿਲ ਰਹੇ ਨੇ, ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਫੈਨਸ ਦੇ ਦਿਲਾਂ ਵਿੱਚ ਕਾਫੀ ਰਾਜ ਕੀਤਾ ਹੈ। ਜੇਕਰ ਇਸ ਫਿਲਮ ਦੇ ਪੋਸਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਦੇ ਪੋਸਟਰ ਨੂੰ ਦੇਖ ਕੇ ਲੱਗ ਰਿਹਾ ਫਿਲਮ ਵਿੱਚ ਕਾਫੀ ਸਾਰੇ ਐਕਸ਼ਨ ਅਤੇ ਇਮੋਸ਼ਨਲ ਸੀਨਸ ਦੇਖਣ ਨੂੰ ਮਿਲਣਗੇ। ਜੇਕਰ ਇਸ ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਗਰਿੰਦਰ ਸਿੱਧੂ। ਇਸ ਫਿਲਮ ਨੂੰ ਗਿੱਪੀ ਗਰੇਵਾਲ ਦੇ ਸੈਕਿੰਡ ਪ੍ਰੋਡਕਸ਼ਨ ਹਾਊਸ ਬਿਗ ਡੈਡੀ ਫਿਲਮਸ ਵੱਲੋਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਜੇਕਰ ਇਸ ਫਿਲਮ ਦੀ ਰਿਲੀਜ਼ਿੰਗ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 23 ਸਤੰਬਰ ਨੂੰ ਸਾਰੇ ਸਿਨੇਮਾਘਰਾਂ ਵਿੱਚ ਦੇਖਣ ਨੂੰ ਮਿਲੇਗੀ। ਤੁਹਾਡਾ ਇਸ ਫਿਲਮ ਦੇ ਪੋਸਟਰ ਨੂੰ ਲੈ ਕੇ ਕੀ ਵਿਚਾਰ ਹੈ? ਸਾਨੂੰ ਫੀਡਬੈਕ ਜ਼ਰੂਰ ਦਿਓ ਤੇ ਇਦਾਂ ਦੀ ਹੋਰ ਬਾਲੀਵੁੱਡ ਇੰਟਰਸਟਿੰਗ ਅਪਡੇਟਸ ਲਈ ਦੇਖਦੇ ਰਹੋ ਬੁਗਲ ਬਾਲੀਵੁੱਡ।